ਪਰਸੋਂ ਇੱਕ ਕਸਟਮਰ ਦੀ ਮੈਨੂੰ ਕਾਲ ਆਈ ਕਿ ਅਸੀਂ 4 ਕੈਮਰਾਜ਼ ਦਾ ਸੈਟਅਪ ਇੰਸਟਾਲ ਕਰਨਾ ਆਪਣੇ ਘਰ ਦੇ ਵਿੱਚ ਬੈਰੀਆ ਫੇਸ 7 ਦੇ ਵਿੱਚ, ਅਤੇ ਉਹਨਾਂ ਮੈਨੂੰ ਆਖਿਆ ਕਿ ਤੁਸੀਂ ਇੰਸਟਾਲੇਸ਼ਨ ਵਾਸਤੇ ਕਦੋਂ ਆ ਸਕਦੇ ਹੋ। ਮੈਂ ਆਖਿਆ ਫਿਲਹਾਲ ਤਾਂ 2 ਦਿਨ ਵਾਸਤੇ ਮੈਂ ਬਿਜ਼ੀ ਹਾਂ ਇੱਕ ਕੰਮ ਦੇ ਵਿੱਚ, ਅਤੇ ਤੁਹਾਨੂੰ ਨੈਕਸਟ ਡੇ ਦੇ ਵਿੱਚ ਜੂੰ ਹੀ ਮੈਂ ਫ੍ਰੀ ਹੋਣਾ ਅਤੇ ਤੁਹਾਨੂੰ ਕਾਲ ਕਰ ਲਵਾਂਗਾ। ਅਤੇ ਲਓ ਜੀ, ਅੱਜ ਉਹ ਦਿਨ ਆ ਗਿਆ ਕਿ ਜਿੱਦਣ ਮੈਂ ਇੰਸਟਾਲੇਸ਼ਨ ਕਰਨੀ ਸੀ। ਅੱਜ ਮੌਸਮ ਵੀ ਬਹੁਤ ਖੂਬਸੂਰਤ ਸੀ, ਤੁਸੀਂ ਵੇਖ ਸਕਦੇ ਹੋ। ਅਤੇ ਅਸੀਂ ਹੁਣ ਜਾ ਰਹੇ ਹਾਂ, ਆਪਣੇ ਟੂਲ ਵਗੈਰਾ ਅਸੀਂ ਨਾਲ ਲੈ ਲਏ, ਲੈਡਰ ਵੀ ਸਾਡੀ ਆਪਣੀ ਹੁੰਦੀ ਹੈ ਕੋਲ, ਅਤੇ ਉਹ ਵੀ ਅਸੀਂ ਲੈ ਲਈ। ਇੱਥੇ ਤੁਸੀਂ ਵੇਖ ਸਕਦੇ ਹੋ ਕਿ ਹਿਕਵਿਜ਼ਨ ਦਾ ਸੈਟਅਪ ਜੋ ਕਿ ਕਸਟਮਰ ਲੈ ਕੇ ਆਇਆ ਸੀ, ਜਿਹਦੇ ਵਿੱਚ 4 ਚੈਨਲ ਦਾ DVR ਅਤੇ ਇੱਕ ਪਾਵਰ ਸਪਲਾਈ, 4 ਕੈਮਰਾਜ਼, BNC ਕਨੈਕਟਰ, ਅਤੇ ਉਹਦੇ ਨਾਲ ਇਹ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਵਰ ਸਪਲਾਈ ਜਿਹੜੀ ਉਹ ਬ੍ਰਾਂਡਡ ਲੈ ਕੇ ਆਏ ਸਨ। ਉਹਦੇ ਨਾਲ 4 ਚੈਨਲ ਦਾ ਇਹ ਹਿਕਵਿਜ਼ਨ ਦਾ DVR ਜੋ ਕਿ ਰੈਗੂਲਰ ਯੂਜ਼ ਹੁੰਦਾ ਹੈ। ਇਹ ਵੇਖ ਸਕਦੇ ਹੋ ਇਹਦੇ ਵਿੱਚ ਹਾਰਡ ਡਿਸਕ ਇੰਸਟਾਲ ਕਰ ਲਈ ਗਈ ਹੈ। ਅਤੇ ਉਹਤੋਂ ਬਾਅਦ ਇਹ 2 ਮੈਗਾਪਿਕਸਲ ਦਾ ਹਾਈਬ੍ਰਿਡ ਜੋ ਕਿ ਕਲਰਡ ਨਾਈਟ ਵਿਜ਼ਨ ਦੇ ਨਾਲ ਆਉਂਦਾ, ਇਹ ਕੈਮਰਾ ਇੰਸਟਾਲ ਕਰਾਂਗੇ। 2 ਕੈਮਰਾਸ ਇਹ ਕਲਰਡ ਨਾਈਟ ਵਿਜ਼ਨ ਵਾਲੇ ਲੈ ਕੇ ਆਏ ਸਨ, ਅਤੇ 2 ਜਿਹੜੇ ਰੈਗੂਲਰ EXIPF ਵਾਲੇ ਲੈ ਕੇ ਆਏ ਸਨ। ਅਤੇ ਇਹਨਾਂ ਦੀ ਹੁਣ ਅਸੀਂ ਫਟਾਫਟ ਇੰਸਟਾਲੇਸ਼ਨ ਸ਼ੁਰੂ ਕਰਾਂਗੇ। ਇੱਥੇ ਅਸੀਂ ਜੰਕਸ਼ਨ ਬਾਕਸ ਵੀ 4 ਯੂਜ਼ ਕੀਤੇ ਸਨ, ਇਹ ਵਾਲੇ ਪਲਾਸਟਿਕ ਵਾਲੇ। ਅਤੇ ਇਹਨਾਂ ਦੇ ਵਿੱਚ ਇਹ ਹੁੰਦਾ ਹੈ ਕਿ BNC DC ਕਨੈਕਟਰਸ ਜਿਹੜੇ ਨੇ ਉਹ ਪਾਣੀ ਤੋਂ ਬਚ ਜਾਂਦੇ ਨੇ, ਬਾਰਿਸ਼ ਦੀ ਵਜ੍ਹਾ ਤੋਂ ਜਿਹੜਾ ਪਾਣੀ ਆਉਂਦਾ ਵੈ, ਅਤੇ ਉਹਨਾਂ ਤੋਂ ਬਚ ਜਾਂਦੇ ਨੇ। ਉਹਤੋਂ ਬਾਅਦ ਇਹ ਅਸੀਂ ਫਟਾਫਟ ਇੱਥੇ ਜਿਹੜਾ ਸਾਰਾ ਕੁਝ ਸਮਾਨ ਰੈਡੀ ਕਰ ਲਿਆ। ਅਤੇ ਇਹ ਸਾਡੇ ਕੋਲ ਡਰਿਲ ਮਸ਼ੀਨ ਹੈ, ਜਿਹਦੇ ਨਾਲ ਮੈਂ ਸਾਰਾ ਕੈਮਰਾਸ ਨੂੰ ਜਿਹੜਾ ਜੰਕਸ਼ਨ ਬਾਕਸ ਦੇ ਉੱਤੇ ਫਿੱਟ ਕਰ ਲਿਆ। ਅਤੇ ਇੱਥੇ ਸਾਡੀ ਇਹ ਟੂਲ ਬੈਗ ਪਈ ਦੀ ਹੈ, ਅਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਕਿ ਆਪਣੀ ਇੰਸਟਾਲੇਸ਼ਨ ਅਸੀਂ ਜਿਹੜੀ ਸ਼ੁਰੂ ਕੀਤੀ ਹੈ ਕਿੱਥੋਂ ਅਸੀਂ ਸ਼ੁਰੂ ਕਰਾਂਗੇ। ਮੇਨ ਗੇਟ ਦੇ ਉੱਤੇ ਇੱਕ ਸਾਡਾ ਕੈਮਰਾ ਇੰਸਟਾਲ ਹੋਣਾ ਸੀ, ਉਹ ਕਸਟਮਰ ਨੇ ਆਖਿਆ ਸੀ ਕਿ ਇੱਥੇ ਜਿਹੜਾ ਕੋਨੇ 'ਤੇ ਲੱਗੇਗਾ, ਅਤੇ ਉਹਦੀ ਅਸੀਂ ਵਾਇਰਿੰਗ ਇੱਥੋਂ ਸ਼ੁਰੂ ਕੀਤੀ ਤਾਂ ਕਿ ਇਹ ਵਾਲਾ ਵਿਊ ਜਿਹੜਾ ਉਹ ਫਰੰਟ 'ਤੇ ਉਹਨਾਂ ਨੂੰ ਮਿਲ ਜਾਏ। ਕਸਟਮਰ ਨੇ ਆਖਿਆ ਇੱਥੋਂ ਥੱਲੋਂ ਦੀ ਤਾਰ ਲੈ ਕੇ ਆਉਣੀ ਹੈ, ਅਤੇ ਮੈਂ ਕਿਹਾ ਚਲੋ ਠੀਕ ਹੈ। ਉਹਦੇ ਨਾਲ ਅਸੀਂ ਕੇਬਲ ਕਲਿਪਸ ਲਾਏ, ਕੇਬਲ ਕਲਿਪ ਲਾਉਂਦਿਆਂ ਵੇਖ ਸਕਦੇ ਹੋ ਕਿ ਤਾਰ ਜਿਹੜੀ ਉਹ ਪ੍ਰੋਪਰਲੀ ਦੀਵਾਰ ਦੇ ਨਾਲ ਫਿਕਸ ਹੋਈ ਹੈ। ਅਤੇ ਇੱਕ ਕੈਮਰਾ ਸਾਡਾ ਸਨੂਕਰ 'ਤੇ ਵੀ ਲੱਗੇਗਾ, ਉਹਦੀ ਤਾਰ ਅਸੀਂ ਪਾਉਂਦਿਆਂ ਇੱਥੋਂ ਕਲਿਪਿੰਗ ਕਰਦਿਆਂ ਇਹ ਵੇਖ ਸਕਦੇ ਹੋ ਕਿ ਅਸੀਂ ਪ੍ਰੋਪਰ ਉਹਨੂੰ ਜਿਹੜਾ ਵੈ, ਦੂਸਰੀਆਂ ਤਾਰਾਂ ਤੁਸੀਂ ਵੇਖ ਸਕਦੇ ਹੋ ਲੋਕਾਂ ਨੇ ਜਿਹੜੀਆਂ ਦੂਸਰੀਆਂ ਲਾਈਆਂ ਨੇ, ਅਤੇ ਸਾਡੀ ਜਿਹੜੀ ਵਾਇਰਿੰਗ ਹੈ ਉਹਨੂੰ ਕੰਪੇਅਰ ਕਰ ਸਕਦੇ ਹੋ ਕਿ ਅਸੀਂ ਕੈਸੀ ਇੰਸਟਾਲੇਸ਼ਨ ਜਿਹੜੀ ਹੈ ਉਹ ਤੁਹਾਨੂੰ ਕਰਕੇ ਦਿੰਦੇ ਹਾਂ। ਔਰ ਬਾਕੀ ਇੱਥੇ ਵੇਖ ਸਕਦੇ ਹੋ ਕਿ ਪ੍ਰੋਪਰ ਉਹਨੂੰ ਕਲਿਪਿੰਗ ਕੀਤੀ ਜਾ ਰਹੀ ਹੈ, ਕਿਤੇ ਵੀ ਕੈਮਰਾਜ਼ ਦੀ ਵਾਇਰ ਤੁਹਾਨੂੰ ਲਟਕੀ ਹੋਈ ਨਜ਼ਰ ਨਹੀਂ ਆ ਰਹੀ। ਅਤੇ ਕਸਟਮਰ ਨੇ ਸਾਨੂੰ ਚਾਏ ਲਿਆ ਕੇ ਦਿੱਤੀ, ਅਤੇ ਅਸੀਂ ਉਹਨੂੰ ਇੰਜੋਏ ਕੀਤਾ। ਇਹ ਵੇਖ ਸਕਦੇ ਹੋ ਨਾਲ ਪਾਣੀ ਛਾਣੀ ਵੀ ਸੀ, ਨਾਲ ਬਿਸਕਿਟ ਵੀ ਸਨ। ਇੰਜੋਏ ਕਰਕੇ ਅਸੀਂ ਦੁਬਾਰਾ ਤੋਂ ਇਹ ਕੈਮਰਾ ਜਿਹੜਾ ਵੇਖ ਸਕਦੇ ਹੋ ਅਸੀਂ ਇੰਸਟਾਲ ਕੀਤਾ ਹੋਇਆ, ਪ੍ਰੋਪਰ ਇਹਦੇ BNC DC ਕਨੈਕਟਡ ਇਹਦੇ ਵਿੱਚ ਫਿਕਸ ਹੋ ਗਏ। ਅਤੇ ਅਸੀਂ ਜਿਹੜਾ ਨਾ ਇਹਨੂੰ ਫਿਕਸ ਕਰ ਦਿੱਤਾ, ਤੁਸੀਂ ਇਹ ਵੇਖ ਸਕਦੇ ਹੋ ਅਤੇ ਕਮੈਂਟਸ ਦੇ ਵਿੱਚ ਦੱਸਿਓ ਕਿ ਕੈਸਾ ਲੱਗ ਰਿਹਾ। ਬਾਕੀ ਤੁਸੀਂ ਵੇਖ ਸਕਦੇ ਹੋ ਕਿ ਸਾਡੀ ਵਾਇਰਿੰਗ ਜਿਹੜੀ ਉਹ ਪ੍ਰੋਪਰ ਇੱਕ ਵੇ ਦੇ ਨਾਲ ਆਉਂਦੀ ਹੈ, ਕਿਤੇ ਵੀ ਤੁਹਾਨੂੰ ਲੂਜ਼ ਕਨੈਕਸ਼ਨ ਨਹੀਂ ਮਿਲਦਾ। ਇੱਥੇ ਜਿਹੜਾ ਵੈ ਉਹ ਕੇਬਲ ਕਲਿਪ ਦੇ ਨਾਲ ਇਹਦੇ ਨਾਲ ਨਾਲ ਦੀਵਾਰ ਦੇ ਨਾਲ ਨਾਲ ਜਿਹੜੀ ਉਹ ਕੇਬਲ ਕਲਿਪ ਹੋ ਕੇ ਅਤੇ ਐਂਡ ਤੱਕ ਜਾਏਗੀ। 3 ਕੈਮਰਾਜ਼ ਅਸੀਂ ਲਾ ਚੁੱਕੇ ਸਾਂ, ਅਤੇ ਉਦੋਂ ਬਾਅਦ ਅਸੀਂ 3 ਕੈਮਰਾਜ਼ ਦੀ ਵਾਇਰਿੰਗ ਵੀ ਕੀਤੀ ਹੋਈ ਸੀ। ਅਤੇ ਹੁਣ ਟਾਈਮ ਕਾਫੀ ਹੋ ਗਿਆ ਸੀ, ਅਤੇ ਕਸਟਮਰ ਨੇ ਸਾਡੇ ਵਾਸਤੇ ਖਾਣਾ ਲੈ ਕੇ ਆਏ ਸਨ, ਅਤੇ ਖਾਣਾ ਵੀ ਇੰਜੋਏ ਕੀਤਾ, ਬਹੁਤ ਮਜ਼ੇ ਦਾ ਖਾਣਾ ਸੀ। ਅਤੇ ਖਾਣਾ ਖਾ ਕੇ ਅਤੇ ਅਸੀਂ ਫਿਰ ਦੁਬਾਰਾ ਤੋਂ ਆਪਣੇ ਕੰਮ ਵੱਲ ਹੋ ਗਏ। ਅਤੇ ਹੁਣ ਵੇਖ ਸਕਦੇ ਹੋ ਕਿ ਸਾਰੇ ਕੈਮਰਾਜ਼ ਦੀ ਵਾਇਰਿੰਗ ਅਸੀਂ ਜਿਹੜਾ ਵੈ ਉਹ TV ਲਾਊਂਚ ਦੇ ਵਿੱਚ ਲੈ ਆਏ ਸਾਂ। TV ਲਾਊਂਚ ਦੇ ਵਿੱਚ ਲਾ ਕੇ ਅਤੇ ਜਿੱਥੇ ਉਹਨਾਂ ਦਾ ਇੰਟਰਨੈਟ ਦਾ ਰਾਊਟਰ ਲੱਗਿਆ ਦਾ ਸੀ, ਉਹਦੇ ਨਾਲ ਹੀ ਅਸੀਂ ਆਪਣਾ DVR ਜਿਹੜਾ ਉਹ ਹੈਂਗ ਕਰ ਦਿੱਤਾ ਸੀ। ਅਤੇ ਉਹਦੇ ਨਾਲ ਉਹਨਾਂ ਇੱਕ ਛੋਟੀ ਸਕਰੀਨ ਜਿਹੜੀ ਉਹ ਡਿਸਪਲੇ ਵਾਸਤੇ ਰੱਖਣੀ ਸੀ। ਅਤੇ ਕੈਮਰਾਜ਼ ਤੁਸੀਂ ਵੇਖ ਸਕਦੇ ਹੋ ਇਹਨਾਂ ਦੀ ਕੁਆਲਿਟੀ, ਅਸੀਂ ਕੈਮਰਾਜ਼ ਇੰਸਟਾਲ ਕੀਤੇ ਨੇ, 3 ਕੈਮਰਾਜ਼ ਇੰਸਟਾਲ ਹੋ ਗਏ ਸਨ। ਅਤੇ ਸਾਡੀ ਬੈਡ ਲੱਕ ਇਹ ਸੀ ਕਿ ਕਸਟਮਰ ਨੇ ਇੱਕ ਰੋਲ CCTV ਕੇਬਲ ਦਾ ਲੈ ਕੇ ਆਏ ਸਨ। ਕੇਬਲ ਥੁੜਨ ਦੇ ਨਾਲ ਅਸੀਂ ਇੱਕ ਕੈਮਰਾ ਜਿਹੜਾ ਉਹ ਡਿਲੇ ਕਰ ਦਿੱਤਾ, ਉਹ ਅਸੀਂ ਬਾਅਦ ਦੇ ਵਿੱਚ ਲਾ ਦਿਆਂਗੇ। ਤੁਸੀਂ ਵੇਖ ਸਕਦੇ ਹੋ ਕਿ ਇੱਥੇ 3 ਕੈਮਰਾਜ਼ ਔਨ ਹੋ ਚੁੱਕੇ ਨੇ। ਅੱਛਾ, ਇਹ ਸਾਰਾ ਕੰਮ ਅਸੀਂ ਲੇਬਰ ਰੇਟ 'ਤੇ ਕੀਤਾ ਸੀ, ਕਿਉਂਕਿ ਕਸਟਮਰ ਜਿਹੜਾ ਉਹ ਖੁਦ ਸਮਾਨ ਪਰਚੇਸ ਕਰਕੇ ਲੈ ਕੇ ਆਏ ਸਨ। ਅਤੇ ਅਗਰ ਤੁਸੀਂ ਵੀ ਸਮਾਨ ਖੁਦ ਪਰਚੇਸ ਕੀਤਾ ਹੈ ਤਾਂ ਸਾਡੀ ਸਰਵਿਸ ਨੂੰ ਤੁਸੀਂ ਅਵੇਲ ਕਰ ਸਕਦੇ ਹੋ, ਸਾਡੇ ਨੰਬਰ ਦੇ ਉੱਤੇ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਸ਼ੁਕਰੀਆ।